ਵੇਖੋ ਵੀਰ, ਹੁਣ ਪਾਈਪ ਲਿਆ ਰਿਹਾ ਉਧਰੋਂ ਤੇ ਰਸ ਦਾ ਸਿੱਧਾ ਹੀ ਇਹਨਾਂ ਨੇ ਪਾਈਪ ਲਾਇਆ ਹੋਇਆ, ਵੱਡਾ ਟੈਂਕ ਬਣਾਇਆ। ਆਹ ਵੇਖੋ ਜੀ, ਰਸ ਚੱਲ ਰਿਹਾ। ਬਸ ਠੀਕ ਹੈ, ਇਹ ਬਹੁਤ ਵਧੀਆ ਤਰੀਕਾ ਜੀ ਬੰਦਿਆਂ ਦੇ, ਵਾਰ ਵਾਰ ਇੱਧਰ ਉੱਧਰ ਜਾਣ ਨਾਲੋਂ ਪੈਪ ਹੀ ਲਾਤਾ। ਇਹ ਧੂਰੀ ਤੋਂ ਮਲੇਰਕੋਟਲਾ ਰੋਡ ਜੀ, ਲੁਧਿਆਣਾ ਰੋਡ ਵੱਡਾ ਜੀ। ਧੂਰੀ ਤੋਂ ਮਲੇਰਕੋਟਲਾ ਰੋਡ, ਕਿਹੜਾ ਪਿੰਡ ਹੈ? ਬੱਬਣਪੁਰ ਆਈ ਆਪਣਾ ਪਿੰਡ। ਠੀਕ ਹੈ ਜੀ। ਅਤੇ ਬਾਈ ਜੀ, ਐਂ ਦੱਸੋ ਵੀ ਇਹਦੇ ਵਿੱਚ ਜਿਹੜੀ ਆ ਤਿੰਨ ਕੜਾਹੇ ਤੁਸੀਂ ਬਣਾਏ ਹੋਏ ਨੇ? ਹਾਂਜੀ ਹਾਂਜੀ। ਇਹਨਾਂ ਦਾ ਕੀ ਹਿਸਾਬ ਕਿਤਾਬ, ਤਿੰਨ ਦਾ ਮਤਲਬ ਕੀ ਹੈ? ਇਹ ਤਿੰਨ ਕੜਾਹੇ ਇੱਦਾਂ ਜੀ, ਪਹਿਲਾਂ ਇੱਧਰ ਰਸ਼ ਆਉਂਦਾ ਜੀ ਜਿਹੜਾ, ਪਹਿਲਾਂ ਇਹ 'ਚ ਕੜਾਹੇ 'ਚ ਆਉਂਦਾ ਜੀ। ਠੀਕ ਹੈ। ਇਹ 'ਚ ਮੈਲ ਕੱਟੀ ਜਾਂਦੀ ਹੈ ਜੀ, ਸਾਫ਼ ਕਰਦਾ ਇਹਨੂੰ ਆਹ ਭਿੰਡੀ ਨਾਲ ਹੀ, ਭਿੰਡੀ ਦੇ ਪਾਣੀ ਨਾਲ ਆਪਾਂ ਦੇਸੀ ਆਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਹਾਂ ਸਾਰੇ। ਅੱਛਾ, ਇਹ ਭਿੰਡੀ ਦਾ ਪਾਣੀ ਹੈ? ਹਾਂ, ਇਹ ਭਿੰਡੀ ਦਾ ਪਾਣੀ ਹੈ ਜੀ। ਇਹ ਭਿੰਡੀ ਜਿਹੜੀ ਆਪਾਂ ਆਮ ਘਰਾਂ 'ਚ ਵਰਤਦੇ ਹਾਂ, ਆਮ ਇਹ ਦੇਸੀ ਭਿੰਡੀ ਮੰਨੀ ਜਾਂਦੀ ਹੈ ਇਹ। ਅੱਛਾ, ਇੱਕ ਬੰਦਾ ਹੋਰ ਕਹਿ ਰਿਹਾ ਕਹਿੰਦਾ ਫਿਰੋਜ਼ਪੁਰ ਜਾਂ ਯੂਪੀ ਤੋਂ ਮੰਗਾਉਣੀ ਪੈਂਦੀ, ਉਹਦਾ ਕੀ ਖਰਚਾ? ਹਾਂ ਜੀ, ਉਹੀ ਭਿੰਡੀ ਹੈ, ਦੇਸੀ ਭਿੰਡੀ। ਹਾਂ ਜੀ ਹਾਂ, ਇਹਦੇ ਨਾਲ ਰੇਟ ਪੈਂਦਾ ਜੀ? ਇਹ ਮੰਨ ਕੇ ਲਓ 30-35 ਰੁਪਏ, 35-40 ਰੁਪਏ ਕਿਲੋ ਮਿਲ ਜਾਂਦੇ ਸਾਨੂੰ ਜੀ। ਅੱਛਾ ਜੀ। ਹਾਂ ਜੀ ਹਾਂ। ਅਤੇ ਇਹ ਕਿੰਨਾ ਕੁ ਲੱਗ ਜਾਂਦੀ ਹੈ ਤੁਹਾਡੀ ਇੱਕ, ਜਿਵੇਂ ਤੁਸੀਂ ਇਹ ਕਿੰਨੇ ਲੀਟਰ ਪਹਿਲਾਂ ਦੱਸੋ ਰਸ ਇਹ 'ਚ ਕਿੰਨਾ ਪਾਉਂਦੇ? ਇਹਦੇ ਵਿੱਚ 45-50 ਲੀਟਰ ਰਸ ਪੈ ਜਾਂਦਾ ਇਹਦੇ ਵਿੱਚ। ਅੱਛਾ ਬਾਈ, ਇਹ ਜਿਹੜਾ 40-45 ਲੀਟਰ ਹੈ, ਹਾਂ ਜੀ, ਇਹਦੇ 'ਚ ਭਿੰਡੀ ਜਿਹੜੀ ਹੈ ਕਿੰਨੇ ਡੱਬੇ ਤੁਸੀਂ ਪਾਉਂਦੇ ਹੋ ਪਾਣੀ ਜਿਹੜਾ? 3 ਡੱਬੇ ਜੀ। 3 ਡੱਬੇ। ਅੱਛਾ, ਅਤੇ ਇਹ ਵਜ਼ਨ ਕਿੰਨਾ ਸੀ ਭਿੰਡੀ ਦਾ ਜਦੋਂ ਸੁੱਕੀ ਪਾਈ ਹੈ ਪਹਿਲਾਂ? ਸੁੱਕੀ ਮੰਨ ਕੇ ਚੱਲੋ ਇਹਦਾ ਕੁੱਟਣੀ ਪੈਂਦੀ ਹੈ ਸਾਰੀ, ਇਹ ਬੂਟੇ ਹੁੰਦੇ ਨੇ ਅੱਡ ਅੱਡ, ਜਿਵੇਂ 10 ਕੁ ਬੂਟੇ, 5-7 ਬੂਟੇ ਅਸੀਂ ਪਾ ਤੇ ਕੁੱਟ ਕੇ ਪਾਉਣੇ ਆ ਇਹਨੂੰ ਸਾਰੀ ਮਿਕਸ ਕਰਕੇ, ਇਹ ਪੂਰੀ ਜੜ ਹੁੰਦੀ ਆ ਪੂਣੀ ਕਰਾਂ ਇਹ। ਠੀਕ ਹੈ, ਯਾਨੀ 5-10 ਬੂਟੇ? ਹਾਂ ਜੀ ਹਾਂ, ਆਰਾਮ ਨਾਲ ਨਿਕਲ ਜਾਂਦੇ। ਅੱਛਾ, ਇਸ ਤੋਂ ਬਾਅਦ ਜੇ ਤੁਸੀਂ ਇਹ ਰਸ ਕੱਢ ਕੇ ਇੱਧਰ ਮੈਲ ਉਤਾਰ ਕੇ ਫਿਰ ਇੱਧਰੋਂ ਭਿੰਡੀ ਨਾਲ ਮੈਲ ਉਤਾਰਦੇ ਜੀ ਇਹਦੀ? ਆਮ ਤਾਂ ਲੋਕ ਕੈਮੀਕਲ ਵਗੈਰਾ ਬਹੁਤ ਕੁਛ ਪਾਉਂਦੇ ਜਿਵੇਂ ਯੂਪੀ ਵਾਲੇ ਹੋ ਗਏ, ਪਰ ਅਸੀਂ ਦੇਸੀ ਤਰੀਕੇ ਨਾਲ ਤਿਆਰ ਕਰਦੇ ਹਾਂ, ਆਰਗੈਨਿਕ ਤਰੀਕੇ ਨਾਲ ਸਾਰਾ ਕੁਝ ਹੀ ਹੈ। ਉਹ ਯੂਪੀ ਵਾਲੇ ਕੀ ਪਾਉਂਦੇ ਨੇ? ਯੂਪੀ ਵਾਲੇ ਤਾਂ ਜੀ ਬਹੁਤ ਕੁਛ ਪਾਉਂਦੇ, ਮਸਾਲੇ ਵਗੈਰਾ ਪਾ ਕੇ ਜਿਵੇਂ ਆਲੂ ਪੀਛੇ ਹੋਏ ਆ ਉਹ ਪਾਉਂਦੇ ਆ, ਬਾਕੀ ਕਲੀ ਚੂਨਾ ਜਿਵੇਂ ਸਸਤਾ ਦਿੰਦੇ ਜੀ ਗੁੜ ਉਹ। ਅੱਛਾ ਅੱਛਾ। ਹਾਂ ਜੀ ਹਾਂ ਹਾਂ, ਤਾਂ ਉਹ 25-30 ਰੁਪਏ ਕਿਲੋ? ਹਾਂ ਜੀ, 25-30 ਰੁਪਏ ਤਾਂ ਹੀ ਬਣਦਾ ਜੀ ਗੁੜ, ਸਸਤਾ ਨਹੀਂ ਅਸੀਂ ਤਾਂ ਦੇ ਨਹੀਂ ਸਕਦੇ ਹਿਸਾਬ ਨਾਲ। 45 ਰੁਪਏ ਸਾਨੂੰ ਇੱਥੇ ਤਿਆਰ ਹੁੰਦਾ ਜੀ ਇਸ ਟਾਈਮ ਗੁੜ ਜੀ। ਅੱਛਾ, ਤੁਹਾਨੂੰ? ਹਾਂ ਜੀ, 45 ਰੁਪਏ ਤਿਆਰ ਹੁੰਦਾ ਜੀ ਸਾਨੂੰ, ਉਹਦਾ 25-30 ਰੁਪਏ ਤਾਂ ਹੀ ਦੇ ਸਕਦੇ। ਤਾਂ ਫਿਰ ਉਹਦਾ ਸਿਹਤ ਨੂੰ ਵੀ ਨੁਕਸਾਨ? ਸਿਹਤ ਨੂੰ ਵੀ ਬਹੁਤ ਨੁਕਸਾਨ ਹੈ ਉਹਦਾ। ਅਤੇ ਅੱਛਾ, ਇਹ ਤੁਸੀਂ ਪਾਲਿਆ ਇਹਦੇ 'ਚ, ਦੂਜੀ ਇਹਦੇ 'ਚ ਲਿਆਉਂਦੀ? ਹਾਂ ਜੀ, ਦੂਜੀ ਇਹ 'ਚ ਆ ਜਾਂਦੇ ਨੂੰ, ਇਹ ਜਦੋਂ ਉਹ ਚਾਹਣੀ ਆਉਣੀ ਆ ਗਰਮ ਹੋ ਜਾਂਦੀ ਹੈ ਇਹ। ਇਹ ਹੁਣ ਇਹ ਬਣ ਰਹੀ ਹੈ? ਹਾਂ ਜੀ, ਇਹ ਬਣ ਰਹੀ ਹੈ ਜੀ ਹੁਣ। ਇਹ ਕਿੰਨੇ ਟਾਈਮ 'ਚ ਹੋਈ ਤਿਆਰ? ਬਸ ਇਹ ਬਣ ਕੇ ਚੱਲੋ, ਇਹ 20-25 ਮਿੰਟ 'ਚ ਤਿਆਰ ਆਈ ਹੈ, 20 ਕੁ ਮਿੰਟ 'ਚ। ਠੀਕ ਹੈ। ਬਸ ਇਤਨੀ ਪੈਣਾ?
ਹਾਂਜੀ ਦੋਸਤੋ, ਇਹ ਦੇਖੋ ਜੀ, ਬਿਲਕੁਲ ਕਿਸਾਨਾਂ ਦੁਆਰਾ ਤਿਆਰ ਸ਼ੁੱਧ ਗੁੜ, ਕਿਉਂਕਿ ਆਮ ਤੌਰ 'ਤੇ ਜਿਵੇਂ ਬਾਜ਼ਾਰ ਦੇ ਵਿੱਚ ਨਕਲੀ ਗੁੜ ਦੀ ਬਹੁਤ ਜ਼ਿਆਦਾ ਬਹੁਤ ਆਤ ਹੈ, ਪਰ ਇਹ ਗੁੜ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਬਿਲਕੁਲ ਸਾਫ਼ ਸੁਥਰਾ, ਕੋਈ ਕੈਮੀਕਲ ਨਹੀਂ। ਇਹਨੂੰ ਪਲਟੀ ਦਿੱਤੀ ਜਾ ਰਹੀ ਹੈ ਜੀ, ਜਿਵੇਂ ਜਿਵੇਂ ਠੰਡਾ ਹੋਵੇਗਾ ਗੁੜ ਬਣਨ ਲੱਗ ਜਾਏਗਾ। ਅੱਛਾ ਹਰਪ੍ਰੀਤ ਜੀ, ਜਾਣੀ ਤੁਸੀਂ ਮੈਂ ਦੇਖਿਆ ਜੇ ਸੋਡਾ ਨਹੀਂ ਪਾਇਆ ਹੈ? ਹਾਂਜੀ ਹਾਂਜੀ, ਤੁਸੀਂ ਗੁੜ 'ਤੇ ਸੋਡਾ ਨਹੀਂ ਪੈਂਦਾ ਜੀ, ਕੁਛ ਕੱਲੀ ਚੱਕਰ 'ਚ ਉਹ ਵੀ ਨਾ ਮਾਤਰ ਮੰਗ ਸੋਡਾ ਪੈਂਦਾ ਜੋ ਵੀ ਖੜਾਉਣ ਵਾਲੇ ਜੀ। ਠੀਕ ਹੈ। ਅੱਛਾ ਹੁਣ ਇਹ ਇੱਧਰਲੀ ਜਿਹੜੀ ਹੈ ਮੈਲ ਵਾਲੀ, ਇਹ ਸਾਫ਼ ਹੋਈ ਹੋਈ ਹੈ? ਇਹ ਸਾਫ਼ ਹੋਈ ਹੈ, ਮੈਲ ਕੱਟੀ ਹੋਈ ਹੈ ਜੀ। ਅੱਛਾ, ਜਾਣੀ ਇਹ ਕੁੱਲ ਮਿਲਾ ਕੇ 40-45 ਲੀਟਰ ਰਸ ਹੁੰਦਾ ਹੈ, 50 ਲੀਟਰ ਵਾਂਗੂ ਰਸ, ਅਤੇ ਇਹਦੇ 'ਚ ਜਾਣੀ 2-3 ਕੱਪ ਤੁਸੀਂ ਉਹਦੇ ਪਾ ਰਹੇ ਹੋ ਭਿੰਡੀ ਦਾ ਪਾਣੀ ਨਿਤਾਰਨ ਵਾਸਤੇ। ਇਹ ਜਦੋਂ ਮੈਲ ਉੱਪਰ ਆਉਣ ਲੱਗ ਜੂ ਉਦੋਂ ਪਾਣੀ ਪਾਓਗੇ ਭਿੰਡੀ ਦਾ ਜਾਂ ਪਹਿਲਾਂ? ਨਹੀਂ ਨਾ, ਪਹਿਲਾਂ ਪਾਣੀ ਪਾਉਣਾ ਪੈਂਦਾ, ਫਿਰ ਭਿੰਡੀ ਦਾ ਪਾਣੀ ਮੈਲ ਉਹ ਕਰਦੇ, ਉੱਪਰ ਆਉਣ ਲੱਗ ਜੂ ਆਟੋਮੈਟਿਕ ਉਹਨੇ ਇਕੱਠੀ ਕਰ ਲੈਣੇ ਸਾਰੀ ਜੀ। ਇਹਦੇ ਗੰਦੇ ਕਣ ਹੁੰਦੇ ਆ ਭਿੰਡੀ ਦੇ ਪਾਣੀ, ਉਹ ਲੇਸਦਾਰ ਹੁੰਦਾ ਸਾਰਾ ਜੀ, ਜਿਹੜੇ ਗੰਦੇ ਕਣ ਹੁੰਦੇ ਆ ਸਾਰਿਆਂ ਨੂੰ ਇਕੱਠੇ ਕਰਕੇ ਉਹ ਇੱਕ ਥਾਂ ਇਕੱਠੇ ਕਰ ਲੂਗਾ, ਬਾਅਦ 'ਚ ਜਾਲੀ ਨਾਲ ਬਾਹਰ ਕੱਢੇ ਜਾਂਦੇ ਜੀ। ਠੀਕ ਹੈ, ਜਾਣੀ ਰਸ ਪਾਉਣ ਸਾਰ ਹੀ ਉਹ ਵਿੱਚ ਭਿੰਡੀ ਦਾ ਪਾਣੀ ਪਾ ਦੂਗਾ? ਹਾਂਜੀ ਹਾਂਜੀ, ਬਸ ਥੋੜ੍ਹਾ ਜਿਹਾ। ਠੀਕ ਆ। ਇਹ ਨਾਲ ਨਾਲ ਜਿਹੜੀ ਪਹਿਲੀ ਇਹਨਾਂ ਨੇ ਚਾਣੀ ਕੱਢੀ ਹੈ, ਉਸ ਨੂੰ ਠੰਡਾ ਕੀਤਾ ਜਾ ਰਿਹਾ, ਗੁੜ ਤਿਆਰ ਹੋਵੇਗਾ ਇਸਦਾ। ਹਰਪ੍ਰੀਤ, ਹਾਂਜੀ, ਇਹ ਹੁਣ ਭਿੰਡੀ ਦਾ ਪਾਣੀ ਪਾ ਰਿਹਾ? ਨਹੀਂ, ਇਹ ਦੂਜਾ ਪਾਣੀ ਇਹਦਾ ਗੁੜ 'ਚ ਉਹ ਕਰਨਾ। ਅੱਛਾ, ਗੁੜ ਚੱਕਣ ਵਾਸਤੇ ਕਹਿੰਦਾ ਜੀ, ਉਹਨੂੰ ਪਾਣੀ ਲਾਉਣਾ ਪੈਂਦਾ, ਫਿਰ ਉਹ ਨਾਲ ਨਹੀਂ ਜ਼ਿਆਦਾ ਠੰਡਾ ਹੁੰਦਾ ਜੀ। ਅੱਛਾ ਅੱਛਾ, ਇਹਦਾ ਇਹ ਉੱਬਲੂ ਥੋੜ੍ਹਾ ਜਿਹਾ ਟਾਈਮ ਲੱਗੂ, ਦੇਖ ਲੱਗੇ ਫਿਰ ਭਿੰਡੀ ਦਾ ਪਾਣੀ। ਲਓ ਜੀ, ਇਹ ਹੁਣ ਗੁੜ ਦੇ ਬਰਫੀ ਵਰਗੇ ਨਿੱਕੇ ਨਿੱਕੇ ਪੀਸ ਤਿਆਰ ਕਰ ਰਹੇ ਨੇ ਕੰਮ। ਇਹ ਧਿਆਨ ਵੀ ਰੱਖਣਾ, ਕੋਈ ਨਹੀਂ ਕਰੂੰਗਾ। ਇੱਧਰ ਹਟੋ ਤੁਸੀਂ, ਇੱਥੋਂ ਸੌ ਹਟਾ ਦੋ।
ਹੋਈ ਅਸੀਂ ਵੀਰ ਜੀ, ਅਸੀਂ ਜਿਹੜਾ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਇਸ ਬਾਰੇ, ਕੋਈ ਮੱਖੀ ਵਗੈਰਾ ਕੋਈ ਗੰਦਗੀ ਜਾਂ ਕੋਈ ਉੜ ਕੇ ਗੁੜ ਚਾਵੇ ਜਾਂ ਡਿੱਕੀ ਕਿਸੇ ਵੀ ਚੀਜ਼ 'ਚ ਗਿਰੇ ਉਹ ਨਹੀਂ ਗਿਰਦੀ ਸਾਡੀ ਇੱਥੇ, ਸਾਰਾ ਸਫਾਈ ਦਾ ਪੂਰਾ ਧਿਆਨ ਰੱਖਿਆ ਜੀ ਸਾਡਾ ਸਫਾਈ ਪੱਖੋਂ। ਦੇਖੋ ਜੀ ਚਾਰੇ ਪਾਸੇ ਲਾ ਕੇ, ਕਿਸੇ ਪਾਸੇ ਵੀ ਦੇਖ ਲਓ, ਕਿਸੇ ਪਾਸੇ ਦੇਖੋ, ਸਫਾਈ ਵੱਲੋਂ ਕੋਈ ਕਮੀ ਨਹੀਂ ਸਾਡੀ ਰੱਖੀ ਜੀ। ਆ ਦੇਖੋ ਯਾਰ ਭਿੰਡੀ ਨਾਲ ਮੈਲ ਸਾਫ਼ ਹੁੰਦੇ ਆ, ਭਿੰਡੀ ਦਾ ਪਾਣੀ ਪਾਉਣਾ, ਭਿੰਡੀ ਦਾ ਪਾਣੀ ਪੈ ਰਿਹਾ ਜੀ ਸਾਰਾ। ਠੀਕ ਹੈ, ਇਹ ਭਿੰਡੀ ਦੇ ਪਾਣੀ ਨਾਲ ਇਹਨੂੰ ਨਿਤਾਰਿਆ ਜਾ ਰਿਹਾ ਮੈਲ ਨੂੰ। ਹਾਂਜੀ ਠੀਕ ਹੈ, ਮਲ ਕੇ ਪੂਰੀ ਲੇਸਦਾਰ ਹੋ ਜਾਂਦੀ ਹੈ, ਫਿਰ ਇਹਦੇ ਨਾਲ ਵਿੱਚ ਪੈਂਦਾ ਸਾਰਾ ਜਿੰਨਾ ਦਾ ਕਣ ਹੁੰਦਾ ਇਕੱਠਾ ਕਰ ਲੈਂਦੀ ਹੈ ਇਹਨਾਂ। ਦੇਖੋ ਜੀ ਮਲ ਇਹਦੇ ਨਾਲ ਇਕੱਠੀ ਹੁੰਦੀ ਹੈ, ਲਓ ਜੀ ਇਹ ਬੰਦਾ ਚੁੰਬੇ 'ਚ ਬਾਲਣ ਠੋਕੀ ਤੁਰਿਆ ਆਉਂਦਾ ਇੱਧਰੋਂ, ਅਤੇ ਜਾਲ ਦੇ ਅੰਦਰ ਇਹਨਾਂ ਨੇ ਬਾਈਆਂ ਨੇ ਕੜਾਹੇ ਫਿੱਟ ਕਰੇ ਹੋਏ ਨੇ, ਅੰਦਰ ਹੀ ਤਿਆਰ ਕੀਤਾ ਹੋਇਆ ਗੁੜ, ਮੱਖੀ ਮੱਛਰ ਨਾ ਪੱਤੀ ਨਾ ਕੋਈ ਘੱਟਾ ਵਗੈਰਾ, ਅਤੇ ਬਹੁਤ ਹੀ ਸੋਹਣਾ ਕਿਸਾਨ ਵੀਰ ਨੇ ਕੰਮ ਕਰਿਆ, ਅਤੇ ਬਕਾਇਦਾ ਫਸਾਈ ਤੋਂ ਇਹਨਾਂ ਨੇ ਸਰਟੀਫਿਕੇਟ ਲਿਆ ਹੋਇਆ, ਯੂਨੀਵਰਸਿਟੀ ਤੋਂ ਟ੍ਰੇਨਡ ਹੋ ਕੇ ਫਿਰ ਬੰਦੇ ਕੰਮ ਕਰ ਰਹੇ ਨੇ ਜੀ। ਹਾਂਜੀ ਹਰਪ੍ਰੀਤ ਸਿੰਘ ਜੀ, ਇੱਕ ਇੱਦਾਂ ਦੱਸੋ ਵੀ ਜਿਹੜੇ ਗੁੜ ਦਾ ਤੁਸੀਂ ਕਿਉਂ ਕੰਮ ਸ਼ੁਰੂ ਕਰਿਆ ਜਦੋਂ ਕਿ ਗੰਨਾ ਜਿਹੜਾ ਉਹ ਮਿੱਲਾਂ ਵੀ ਲੈ ਰਹੀਆਂ ਨੇ? ਹਾਂਜੀ ਮਿੱਲਾਂ ਵਾਲੇ ਲੈਂਦੇ ਸੀ ਗੰਨਾ, ਮਿੱਲਾਂ ਵਾਲੇ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ, ਹੁਣ ਤੱਕ ਪੇਮੈਂਟਾਂ ਸਾਡੀਆਂ ਮਿੱਲਾਂ 'ਚ ਪਈਆਂ ਨੇ ਜੀ, ਇਸ ਕਰਕੇ ਅਸੀਂ ਆਪਦਾ ਆਪ ਕੰਮ ਸ਼ੁਰੂ ਕੀਤਾ ਵੀ ਅਸੀਂ ਆਪ ਹੀ ਪਟਾਈ ਕਰਕੇ ਆਪ ਹੀ ਅੱਗੇ ਵੇਚ ਸਕੀਏ ਜੀ, ਸਾਨੂੰ ਪੇਮੈਂਟ ਆਪਦਾ ਹੋਰ ਵੀ ਲਾਭ ਹੋਵੇ ਅਤੇ ਆਪ ਪੇਮੈਂਟ ਵੀ ਸਾਨੂੰ ਸਹੀ ਤਰੀਕੇ ਨਾਲ ਹੋ ਸਕੇ ਜਿਹਦੀ। ਇਹ ਜਾਣੀ ਤੁਸੀਂ ਆਪਦਾ ਗੰਨਾ ਹੀ ਪੀੜ ਰਹੇ? ਹਾਂਜੀ ਆਪਦਾ ਗੰਨਾ ਪੀੜਦੇ ਜੀ ਸਾਰੇ ਜਿੱਦਾਂ। ਠੀਕ ਹੈ, ਹੁਣ ਤੱਕ ਕਿੰਨੇ ਕੁ ਖੇਤ ਤੁਸੀਂ ਵੱਢ ਲਏ? ਹੁਣ ਤੱਕ ਅਸੀਂ ਜੀ 1.5 ਕਿੱਲਾ ਗੰਨੇ ਦਾ ਵੱਢ ਲਿਆ ਜੀ ਅਸੀਂ। ਰੋਜ਼ਾਨਾ ਕਿੰਨਾ ਕੁ ਗੁੜ ਤੁਸੀਂ ਮਤਲਬ ਕਾਡਰ ਬਣਾ ਲੈਂਦੇ ਹੋ? ਰੋਜ਼ਾਨਾ 5 ਕੁਇੰਟਲ ਗੁੜ ਦੇ ਤਿਆਰ ਕਰ ਦਿੰਦੇ ਅਸੀਂ। ਅਤੇ 5 ਕੁਇੰਟਲ ਦੀ ਵਿਕਰੀ ਹੋ ਜਾਂਦੀ? ਹਾਂਜੀ ਹਾਂਜੀ 5 ਕੁਇੰਟਲ ਗੁੜ ਹੋ ਗਿਆ ਜੀ, ਵਿੱਚ ਟਿੱਕੀ ਵਗੈਰਾ ਹੋ ਗਿਆ, ਡਰਾਈ ਫਰੂਟ ਗੁੜ ਹੋ ਗਿਆ ਅਤੇ ਮੈਡੀਕੇਟਡ ਗੁੜ ਹੋ ਗਿਆ ਜੀ। ਵੀ ਉਹ ਜਾਣੀ ਸ਼ਾਮ ਤੱਕ 5 ਕੁਇੰਟਲ ਵਿਕ ਜਾਂਦਾ? ਹਾਂਜੀ ਹਾਂਜੀ। ਠੀਕ ਹੈ, ਅਸੀਂ ਤਾਜ਼ਾ ਜਿੰਨਾ ਬਣਾਉਂਦੇ 19 ਸੇਲ ਕਰਦੇ ਜੀ, 19 ਦੂਸਰੇ ਨੂੰ ਹੋਰ ਬਣਾਉਂਦੇ ਅਸੀਂ। ਅਤੇ ਇਹ ਹਰਪ੍ਰੀਤ ਜੀ ਕਿੰਨਾ ਤੁਸੀਂ ਕੀ ਰੇਟ ਨੂੰ ਤੁਹਾਨੂੰ ਇਹ ਪੈ ਜਾਂਦਾ ਗੰਨਾ? ਕਿਉਂਕਿ ਆਮ ਜਿਹੜੇ ਨੇ ਯੂਪੀ ਤੋਂ ਜਿਹੜੇ ਲੋਕ ਯੂਪੀ ਤੋਂ ਲੈ ਕੇ ਆਉਂਦੇ ਨੇ ਉਹ ਕਾਫੀ ਸਸਤਾ ਮਤਲਬ 30-35 ਰੁਪਏ ਕਿਲੋ ਵੇਚਦੇ ਨੇ। ਹਾਂਜੀ ਹਾਂਜੀ। ਅਤੇ ਤੁਸੀਂ ਕੀ ਰੇਟ ਮਤਲਬ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਰੇਟ ਵੱਧ ਲੱਗ ਰਿਹਾ ਮੈਨੂੰ ਜਿੰਨਾ ਦੱਸ ਰਿਹਾ। ਸਾਡਾ ਰੇਟ 50 ਰੁਪਏ ਕਿਲੋ ਵੇਚ ਰਹੇ ਹਾਂ ਜੀ ਅਸੀਂ, 50 ਰੁਪਏ 'ਚ ਸਾਨੂੰ ਮੰਨ ਕੇ ਚੱਲੋ 310 ਰੁਪਏ ਤਾਂ ਗੰਨਾ ਪੈਂਦਾ ਜੀ। ਅੱਛਾ, ਮਿੱਲਾਂ ਦਾ ਰੇਟ? ਹਾਂਜੀ ਮਿੱਲਾਂ 310 ਰੁਪਏ, ਅਤੇ ਉਹਦੇ ਬਾਅਦ 14 ਰੁਪਏ ਲੇਬਰ ਪੈ ਜਾਂਦੇ, 45 ਰੁਪਏ ਤਾਂ ਸਾਨੂੰ ਘਰ ਤਿਆਰ ਹੁੰਦਾ ਜੀ ਇੱਥੇ। ਅੱਛਾ ਹਾਂਜੀ,
ਜਿਹੜਾ ਯੂਪੀ ਵਾਲੇ ਯੂਪੀ ਵਾਲੇ ਤਾਂ ਜਿੱਦਾਂ ਲਾ ਲਓ ਤੁਸੀਂ ਗਲੇ ਹੋਏ ਆਲੂ ਵਗੈਰਾ ਲੈ ਕੇ ਕਲੀ ਚੂਨਾ ਲੈ ਕੇ ਵਿੱਚ ਰੰਗ ਪਾਉਂਦੇ ਆ, ਬਹੁਤ ਕੁਛ ਪਾਉਂਦਾ, ਤਾਂ ਉੱਦਾਂ ਤਿਆਰ ਕਰਦੇ 25 ਰੁਪਏ, ਉਹ ਸਿਹਤ ਲਈ ਵੀ ਹਾਨੀਕਾਰਕ ਆ। ਸਾਡਾ ਕੋਲ ਅਸੀਂ ਚੈੱਕ ਕਰਾਉਣ ਨੂੰ ਤਿਆਰ ਹਾਂ, ਜਿੱਥੇ ਮਰਜ਼ੀ ਚੈੱਕ ਕਰਾ ਦਿਓ, ਸਾਡਾ ਸਿਹਤ ਲਈ ਕੋਈ ਉਹ ਨਹੀਂ ਹੈਗਾ, ਨੁਕਸਾਨ ਨਹੀਂ ਹੈਗਾ ਇਹਨੂੰ ਕੋਲ ਦਾ। ਹਾਂਜੀ, ਅਤੇ ਜਿਹੜੀ ਚਾਸ਼ਨੀ ਤੁਸੀਂ ਹਰਪ੍ਰੀਤ ਜੀ ਬਣਾਉਂਦੇ ਹੋ, ਹਾਂਜੀ, ਇਹਦੇ ਵਿੱਚ ਇਹਨੂੰ ਗੁੜ ਨੂੰ ਪਕਾਉਣ ਵਾਸਤੇ ਜਿਹੜਾ ਮਿੱਠਾ ਸੋਡਾ ਜਾਂ ਕੋਈ ਚੀਜ਼ ਹੋਰ ਕੀ ਵਰਤਦੇ ਭਿੰਡੀ ਦੇ ਪਾਣੀ ਤੋਂ ਬਿਨਾਂ? ਇਕੱਲਾ ਭਿੰਡੀ ਦਾ ਪਾਣੀ ਪਾਉਣੇ ਅਸੀਂ, ਹੋਰ ਕੁਛ ਨਹੀਂ ਪਾਉਂਦੇ, ਇਕੱਲਾ ਮੈਲ ਤਾਰਨ ਕਰ ਲਈ ਇਹਦਾ ਜੀ। ਜਿਹੜੀ ਸ਼ੱਕਰ ਆ ਉਹਦੇ ਵਿੱਚ ਨਾ ਮਾਤਰ ਵਾਂਗੂ ਮਿੱਠਾ ਸੋਡਾ ਪੈਂਦਾ ਜੀ, ਉਹ ਵੀ ਖਿਡਾਉਣ ਵਾਸਤੇ, ਹੋਰ ਕੋਈ ਚੀਜ਼? ਹਾਂਜੀ, ਹੋਰ ਕਿਸੇ 'ਚ ਕੁਛ ਨਹੀਂ ਪੈਂਦਾ ਜੀ, ਗੁੜ 'ਚ ਨਹੀਂ? ਹਾਂਜੀ, ਗੁੜ 'ਚ ਕੁਛ ਵੀ ਨਹੀਂ ਪੈਂਦਾ, ਇਕੱਲਾ ਭਿੰਡੀ ਦੇ ਪਾਣੀ ਨਾਲ ਮੈਲ ਲਾਈ ਜਾਊ ਉਹਦੀ, ਹੋਰ ਆਰਗੈਨਿਕ ਤਰੀਕੇ ਨਾਲ, ਉਹ ਵੀ ਵਿੱਚ ਮਸਾਲਿਆਂ ਨਾਲ ਕੱਟਦੇ ਆ ਕੋਈ, ਕਿਵੇਂ ਕਰਦਾ ਕੈਮੀਕਲ ਨਾਲ, ਪਰ ਅਸੀਂ ਭਿੰਡੀ ਦੇ ਪਾਣੀ ਨਾਲ ਤਿਆਰ ਕਰਦੇ ਹਾਂ ਸਾਰਾ। ਇਹ ਮੈਨੂੰ ਇੱਦਾਂ ਲੱਗ ਰਿਹਾ ਜਿਵੇਂ ਤੁਹਾਡੇ ਕੰਮ ਹੀ ਨੇ, ਤੁਹਾਡੇ ਕੰਮ ਵਾਲੇ ਬੰਦੇ? ਹਾਂਜੀ ਹਾਂ, ਇਹ ਕੰਮ ਹੈ ਨਾ ਸਾਰੇ, ਇਹ ਯੂਪੀ ਤੋਂ ਜੀ। ਹਾਂਜੀ ਭਾਈ ਸਾਹਿਬ, ਆਪ ਕਬ ਸੇ ਕੰਮ ਕਰ ਰਹੇ ਇਸਕਾ ਗੁੜ ਸ਼ੱਕਰ ਬਣਾਉਣੇ ਕਾ? ਹਮੇ 10 ਸਾਲ ਹੋ ਗਏ ਕੰਮ ਕਰ। 10 ਸਾਲ? 10 ਸਾਲ। ਅੱਛਾ, 10 ਸਾਲ ਸੇ ਯਹੀ ਕੰਮ ਕਰ ਰਹੇ ਹੈ? ਹਾਂ ਜੀ, 10 ਸਾਲ ਸੇ ਗੁੜ ਕਾ ਕੰਮ ਹੀ ਕਰਦੇ ਹੈ। ਹਾਂ ਜੀ, ਠੀਕ ਹੈ। ਜੈਸੇ ਇਹ ਫਿਟਿੰਗ ਵਿਟਿੰਗ ਜੋ ਕਰੀ ਹੈ ਆਣ ਕੇ ਕਢਾਈ ਹੈ? ਆਪਣੇ ਹੀ ਬੰਦੇ ਕਰਦਾ ਹੈ ਫਿਟਿੰਗ। ਅੱਛਾ, ਮੁਜ਼ੱਫਰਨਗਰ ਸਾਹਿਬ ਹੈ ਬੰਦੇ ਜੋ? ਅੱਛਾ, ਮੁਜ਼ੱਫਰਨਗਰ ਤੋਂ? ਹਾਂ, ਤੋ ਮਤਲਬ ਇੱਕ ਦੋ ਖਿਲਾੜ ਥਾ ਪਹਿਲਾਂ, ਅਬ 10-15 ਖਿਲਾੜ ਲਗਾ ਦਿੱਤੇ ਹੈ। ਅੱਛਾ, ਹਾਂ, ਠੀਕ ਹੈ। ਮਿਲ ਤੋਂ ਦੁਖੀ ਹੋ ਗਏ ਜੀ, ਮਿਲ ਚੋ ਪੇਮੈਂਟ ਨੇ ਬਹੁਤ ਪਰੇਸ਼ਾਨ ਕਰ ਰੱਖਿਆ ਜੀ ਸਾਨੂੰ। ਹਾਂਜੀ, ਪੇਮੈਂਟਾਂ ਨਹੀਂ ਹੁੰਦੀਆਂ ਮਿਲ ਚੋ, ਹੁਣ ਤੱਕ ਪੇਮੈਂਟਾਂ ਮਿਲ ਚ ਪਈਆਂ ਨੇ ਸਾਡੀਆਂ ਜੀ। ਅੱਛਾ, ਹਾਲੀ ਪੈਸੇ ਮਿਲੇ ਨਹੀਂ? ਹਾਂਜੀ, ਹਜੇ ਤੱਕ ਪੇਮੈਂਟ ਨਹੀਂ ਮਿਲੀ ਸਾਨੂੰ ਕਹਿੰਦੇ ਜੀ। ਹਾਂਜੀ, ਉਹਦਾ ਐਕਸਟਰਾ ਵੱਧ ਰੇਟ ਹੁੰਦਾ ਜੀ ਥੋੜ੍ਹਾ, 10 ਰੁਪਏ ਜੀ। ਉਹਦੇ ਮਲਾਈ 'ਤੇ ਵੀ ਮਿਹਨਤ ਵੀ ਆਉਂਦੀ ਹੈ ਉਹਦੇ 'ਤੇ ਹੀ, ਗੁੜ 50 ਰੁਪਏ ਵੇਚਦੇ ਹਾਂ, ਸ਼ੱਕਰ 60 ਰੁਪਏ ਕਿਲੋ ਵੇਚਦੇ ਹਾਂ ਅਸੀਂ, ਉਨੀ ਉਹਦੇ ਮਿਹਨਤ ਆ ਜਾਂਦੀ ਹੈ ਸ਼ੱਕਰ 'ਤੇ ਜੀ। ਹਾਂਜੀ, ਨਾਮ ਕੀ ਸਰ ਤੁਹਾਡਾ? ਨਾਮ ਮੇਰਾ ਬਚਿੱਤਰ ਸਿੰਘ ਹੈ ਜੀ। ਕਿੱਥੋਂ? ਅਮਲੋਹ ਸ਼ਹਿਰ ਤੋਂ ਆਏ ਹਾਂ। ਹਾਂਜੀ ਹਾਂਜੀ, ਇੰਨੀ ਦੂਰੋਂ ਲੰਘਦੇ ਹੋਏ ਮਤਲਬ? ਹਾਂਜੀ, ਅਸੀਂ ਲੰਘਦੇ ਹੋਏ ਟਿੱਕੀ ਦੇਖੀ ਇਹਨਾਂ ਦੇ, ਗੁੜ ਕਲਾੜੀ 'ਤੇ ਖੜ੍ਹੇ, ਅਤੇ ਅਸੀਂ ਗੁੜ ਸਾਨੂੰ ਟੇਸਟ ਲੱਗਿਆ ਅਤੇ ਅਸੀਂ ਵਧੀਆ। ਅੱਛਾ, ਕੁਆਲਿਟੀ ਕੁਆਲਿਟੀ ਠੀਕ ਹੈ, ਬਹੁਤ ਵਧੀਆ ਜੀ। ਠੀਕ ਹੈ, ਅਤੇ ਅਸੀਂ ਵੀ ਇਹੀ ਇਹਨਾਂ ਨੂੰ ਪੁੱਛ ਰਹੇ ਸੀ ਵੀ ਜਿਹੜੇ ਯੂਪੀ ਤੋਂ ਆਉਂਦੇ ਨੇ ਲੋਕ, ਹਾਂਜੀ ਹਾਂਜੀ, ਉਹ 30-35 ਰੁਪਏ ਵੇਚਦੇ ਨੇ। ਹਾਂਜੀ ਹਾਂਜੀ, ਪਰ 30-45 ਰੁਪਏ ਇਹਨਾਂ ਨੂੰ ਘਰ ਪੈਂਦਾ। ਹਾਂਜੀ ਹਾਂਜੀ, ਉਹ ਕਿਹੜੇ ਤਰੀਕੇ ਨਾਲ ਵੇਚਦੇ ਨੇ? ਇਹਨਾਂ ਨੇ ਦੱਸਿਆ ਵੀ ਉਹਦੇ 'ਚ ਮਤਲਬ ਜਾਲੀ ਸਮਾਨ ਬਣਾਇਆ, ਕੱਚਾ ਗੁੜ ਹੁੰਦਾ। ਹਾਂਜੀ ਹਾਂ, ਕੱਚਾ ਗੁੜ ਹੁੰਦਾ, ਕੱਚਾ ਗੁੜ ਵੀ, ਬਾਕੀ ਆਲੂ ਖਰਾਬ, ਆਲੂ ਕਲੀ ਚੂਨਾ ਬਹੁਤ ਕੁਛ ਪਾਉਂਦੇ ਵਿੱਚ, ਰੰਗ ਵਿੱਚ ਡੁਪਲੀਕੇਟ ਸਮਾਨ ਪਾਇਆ ਹੁੰਦਾ ਨਾ। ਹਾਂ ਹਾਂ, ਸਾਨੂੰ ਪੇਮੈਂਟ ਤਾਂ ਮਿਲਦੀ ਨਹੀਂ, ਸਾਡੇ ਸਾਡੇ ਮਲੋਹ ਏਰੀਆ 'ਚ ਗੰਨਾ ਮਿਲ ਵੀ ਹੈਗੀ, ਪਰ ਸਾਡੇ ਗੰਨਾ ਕਿਸੇ ਦਾ ਵੀ ਨਹੀਂ ਹੈਗਾ। ਜਿੰਨੇ ਮਰਜ਼ੀ ਆਏ ਸਾਲ ਕਰਦੇ ਨੇ ਇਹ, ਜਦੋਂ ਗੰਨਾ ਬੀਜ ਦਿੰਦੇ ਆ ਉਦੋਂ ਮਿੰਤਾ ਉਦੋਂ ਲੈਂਦੇ ਨਹੀਂ, ਜਦੋਂ ਅਸੀਂ ਨਹੀਂ ਬੀਜਦੇ ਫਿਰ ਆ ਕੇ ਮਿੰਤਾ ਕਰਦੇ ਨੇ। ਘਲਾੜ ਬਾਰੇ ਸਾਡੇ ਇਲਾਕੇ ਚਲੋ ਹੁਣ ਲੱਗੇ ਲੱਗੇ ਹੀ, ਹੌਲੀ ਹੌਲੀ ਸਭ ਲੱਗੇ ਲੱਗਣ ਹੁਣ। ਹੁਣ ਅਸੀਂ ਜਿਹਨਾਂ ਲੋਕਾਂ ਨੇ ਲਾਇਆ ਹੋਇਆ, ਕਿਸੇ ਦੇ ਵਿੱਘਾ ਗਏ ਅਤੇ 2 ਵਿੱਘੇ, ਬਸ ਆਪਣੇ ਖਾਣ ਜੋਗੇ ਲਾਇਆ, ਬਾਕੀ ਗੌਰਮੈਂਟ ਵਾਸਤੇ ਸਾਡੇ ਕੁਛ ਨਹੀਂ ਗਾ ਜੀ। ਹਾਂਜੀ ਹਾਂ, ਜਦੋਂ ਪੇਮੈਂਟ ਹੀ ਨਹੀਂ ਮਿਲਦੀ ਫਾਇਦਾ ਕੀ ਕੰਮ ਕਰਦੇ ਜੀ। ਬਕਾਇਦਾ ਫਸਾਈ ਤੋਂ ਇਹਨਾਂ ਨੇ ਸਰਟੀਫਿਕੇਟ ਲਿਆ ਹੋਇਆ, ਯੂਨੀਵਰਸਿਟੀ ਤੋਂ ਟ੍ਰੇਨ ਹੋ ਕੇ ਫਿਰ ਬੰਦੇ ਕੰਮ ਕਰ ਰਹੇ ਨੇ ਜੀ। ਅਤੇ ਕਿਸਾਨ ਵੀਰਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜਦੋਂ ਉਹਨਾਂ ਨੇ ਕੋਈ ਕਾਰੋਬਾਰ ਸ਼ੁਰੂ ਕਰਨਾ, ਉਹਦੀ ਪੂਰੀ ਤਰ੍ਹਾਂ ਟ੍ਰੇਨਿੰਗ ਲੈ ਕੇ ਚੰਗੇ ਸੋਹਣੇ ਤਰੀਕੇ ਨਾਲ ਉਸ ਕੰਮ ਨੂੰ ਸ਼ੁਰੂ ਕੀਤਾ ਜਾਵੇ, ਤਾਂ ਕਿ ਬਾਅਦ 'ਚ ਕੋਈ ਘਾਟੇ ਵਰਗੀ ਇਸ ਤਰ੍ਹਾਂ ਦੀ ਗੱਲ ਨਾ ਆਪਾਂ ਨੂੰ
ਸੁਣਨੀ ਪਵੇ। ਅਤੇ ਇਹ ਕਿਸਾਨ ਵੀਰ ਵੇਖੋ ਆਪਣਾ ਇਹਦਾ ਘਰ ਦਾ ਜਿਵੇਂ ਆਪਾਂ ਪਹਿਲਾਂ ਸੁਣਿਆ 25 ਕਿੱਲੇ ਗੁੜ ਗੰਨਾ ਅਤੇ 25 ਕਿੱਲੇ ਗੰਨੇ ਦਾ ਹੀ ਇਹ ਗੁੜ ਤਿਆਰ ਕਰਕੇ ਵੇਚੇਗਾ। ਇੱਧਰ ਬਾਲਣ ਤਿਆਰ ਹੋਈ ਜਾਂਦਾ ਸੁੱਕ ਕੇ ਨਾਲ ਦੀ ਨਾਲ, ਅਤੇ ਇੱਧਰ ਨਾਲ ਦੀ ਨਾਲ ਇਹ ਗੁੜ ਬਣਾਈ ਜਾ ਰਹੇ ਨੇ। ਅਤੇ ਕੋਲੋਂ ਰੋਡ ਵੇਖੋ ਲੰਘਦਾ, ਲੋਕ ਆਈ ਜਾਂਦੇ ਨੇ ਆਪਣੇ ਕੋਈ ਗੱਡੀਆਂ 'ਤੇ ਕੋਈ ਕਿਵੇਂ, ਅਤੇ ਗੁੜ ਖਰੀਦਦੇ ਨੇ। ਜਿਵੇਂ ਜਿਵੇਂ ਸ਼ਾਮ ਹੁੰਦੀ ਬਹੁਤ ਜ਼ਿਆਦਾ ਵਿਕਰੀ ਵੱਧ ਜਾਂਦੀ ਹੈ ਬਾਈ ਦੇ ਦੱਸਣ ਮੁਤਾਬਕ। ਸੋ ਬਾਕੀ ਜਿਹੜੇ ਧੂਰੀ ਦੇ ਨੇੜੇ ਨੇ ਉਹ ਬਾਈ ਤੋਂ ਜ਼ਰੂਰ ਇੱਕ ਵਾਰੀ ਆਉਣ, ਕਲਾੜ 'ਤੇ ਵੇਖਣ ਸਾਫ਼ ਸੁਥਰਾ ਗੁੜ ਬਿਨਾਂ ਕਿਸੇ ਮਿਲਾਵਟ ਤੋਂ, ਅਤੇ ਰੂਹ ਖੁਸ਼ ਹੁੰਦੀ ਹੈ ਬਾਈ ਦਾ ਕੰਮ ਦੇਖ ਕੇ। ਅਤੇ ਇਹ ਮਲੇਰਕੋਟਲਾ ਧੂਰੀ ਰੋਡ 'ਤੇ ਹੈ, ਬੱਬਣਪੁਰ ਪਿੰਡ ਦੇ ਵੀਰਾਂ ਨੇ ਬਣਾਇਆ ਹੋਇਆ ਕਲਾੜ। ਤੇਰਾ ਦਾ ਧੂਰੀ ਮੈਨੂੰ ਤੇਰਾ ਦਾ ਮੂੰਹ ਆਪਾਂ ਟਰਾਲੀ ਤੇ ਆਪਣੇ ਕੋਲ